ਜਿਹਨਾਂ ਕੋਲੇ ਘੱਟ ਹੈ ਤਾਂ ਨੌਜਵਾਨ ਬਥੇਰੇ ਫਿਰਦੇ ਸਾਡੇ ਕੋਲੇ, ਅਸੀਂ ਦੇ ਦਿੰਦੇ ਇਹਨਾਂ ਨੂੰ ਜਿਹੜੇ ਪੜ੍ਹੇ ਲਿਖੇ ਪਲੱਸ ਟੂ ਬੀਏ ਬੀਏ ਪਾਸ ਹੈ। ਕੋਈ ਘੱਟ ਨਹੀਂ ਹੈ ਜੀ ਮੁਲਾਜ਼ਮ ਇਹਨਾਂ ਕੋਲੇ, ਮੁਲਾਜ਼ਮ ਨਫੀ ਬਹੁਤ ਹੈ। ਪਿਛਲੇ ਟਾਈਮ ਕਰੋਨਾ ਹੋਇਆ, ਇਹਨਾਂ ਨੇ 3 ਕਰੋੜ ਆਬਾਦੀ ਸੀ ਜਿਹੜੀ ਸਾਡੀ ਜੀ, ਤੇ ਇਹਨਾਂ ਨੇ ਅੰਦਰ ਵਾੜ ਕੇ ਰੱਖੀ ਡੰਡੇ ਨਾਲ, ਕੋਈ ਵੀ ਬੰਦਾ ਬਾਹਰ ਨਹੀਂ ਨਿਕਲਿਆ। ਅੱਜ 3 ਕਰੋੜ ਆਬਾਦੀ ਦੇ ਵਿੱਚ ਕਿੰਨੇ ਕੁ ਤਸਕਰ ਹੋਣਗੇ? 10,000, 20,000, 50,000, ਕੀ ਗੱਲ ਹੈ? ਉਹਨਾਂ ਅੰਦਰ ਹੀ ਵਾੜ ਸਕਦੇ। ਜੇ ਇਹਨਾਂ ਦੇ ਆਪਾਂ ਨਫਰੀ ਦੀ ਗੱਲ ਕਰੀਏ ਵੀ ਪੁਲਿਸ ਦੀ ਨਫਰੀ ਘੱਟ ਹੈ, ਆ ਪਰਸੋਂ ਚ ਉੱਥੇ 10 ਕਿਲੋ ਹੋਇਆ, ਸਾਡੇ ਕਿਸਾਨ ਜਾ ਰਹੇ ਸੀ ਚੰਡੀਗੜ੍ਹ ਨੂੰ ਤੇ ਇਹਨਾਂ ਨੇ ਬਰਨਾਲਾ ਨਹੀਂ ਟੱਪਣ ਦਿੱਤੇ, ਉਹਦੇ ਨਫਰੀ ਕਿੱਥੋਂ ਆ ਗਈ? ਜਦੋਂ ਇਹਨਾਂ ਨੇ ਹੋਰ ਕੰਮ ਕਰਨੇ ਤਾਂ ਉਹਦਾ ਨਫਰੀ ਇਹਨਾਂ ਕੋਲੇ ਆ ਜਾਂਦੀ ਆ। ਪਿਛਲੇ ਦਿਨ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫਤਾਰ ਕੀਤਾ ਇਹਨਾਂ ਨੇ, ਕੀ ਗੁਨਾਹ ਸੀ ਉਹਦਾ? ਆ ਨਸ਼ਾ ਤੋਂ ਹੀ ਰੋਕ ਰਿਹਾ ਸੀ ਲੋਕਾਂ ਨੂੰ, ਅੰਮ੍ਰਿਤ ਛਕਾ ਰਿਹਾ ਸੀ ਤੇ ਇਹਨਾਂ ਨੇ ਫੌਜ ਵੀ ਮੰਗਾਤੀ ਸੈਂਟਰ ਤੋਂ। ਇਹ ਸਾਰੀਆਂ ਕਹਿਣ ਦੀਆਂ ਗੱਲਾਂ ਹੈ। ਜਿਹੜਾ ਆਹ ਮਸਲਾ ਇਹਦੇ ਵਿੱਚ ਜਿਹੜਾ ਸਾਡਾ ਇੱਥੋਂ ਦਾ ਪ੍ਰਸ਼ਾਸਨ ਹੈ ਨੇ ਬਹੁਤ ਆਈਡੀਅਲ ਜਿਹੜਾ ਰੁਖਾ ਅਪਣਾਇਆ ਹੋਇਆ, ਕੱਲ੍ਹ ਦੁਪਹਿਰ ਤੋਂ ਲੈ ਕੇ ਸੁਬਾਹ ਤੋਂ ਲੈ ਕੇ ਸਾਡੇ ਨਾਲ ਗੱਲਾਂ ਚੱਲ ਰਹੀਆਂ। ਇੱਥੇ ਜਿਹੜੇ ਇਹਨਾਂ ਦੇ ਆਪਣਾ ਤਹਿਸੀਲ ਦਾ ਆਪਣਾ SDM ਸਾਹਿਬ ਬੈਠੇ ਆ ਤੇ ਇਹਨਾਂ ਦਾ ਡਿਪਟੀ ਸਾਹਿਬ ਬੈਠੇ ਆ, ਇੱਕ SP ਸਾਹਿਬ ਬੈਠੇ ਆ, ਕੱਲ੍ਹ ਤੜਕੇ ਤੋਂ ਲੈ ਕੇ ਜੀ ਇੱਕ ਹੀ ਗੱਲ ਤੇ ਖੜੇ ਆ ਵੀ 2 ਲੱਖ ਦੇ ਦਿੰਦੇ ਆ, 3 ਦੇ ਦਿੰਦੇ ਆ। ਦੇਖੋ ਨਾ ਤਾਂ ਇੱਥੇ ਕੋਈ ਭੇਡ ਦਾ ਲੇਲਾ ਮਰਿਆ, ਬੱਕਰੀ ਦਾ ਮੇਮਣਾ ਮਰਿਆ, ਇੱਕ ਇਨਸਾਨ ਗਿਆ, ਔਰ ਗਿਆ ਕਾਹਦੇ ਵਾਸਤੇ? ਆਪਣਾ ਭਵਿੱਖ ਬਚਾਉਣ ਵਾਸਤੇ, ਆ ਬੱਚੇ ਦਾ ਪਿਓ ਗਿਆ, ਅੱਜ ਇਹ ਅਨਾਥ ਹੋਇਆ ਜੀ। ਅਸੀਂ ਸਾਰੀਆਂ ਗੱਲਾਂ ਛੱਡ ਕੇ ਕਹਿੰਦੇ ਆ ਵੀ ਆਹ ਬੱਚਾ ਜਿਹੜਾ ਅਨਾਥ ਹੋਇਆ ਇਹਦੇ ਤੇ ਚਾਹੇ ਤੁਸੀਂ ਸਾਡੀ ਰਿਕੁਐਸਟ ਮੰਨ ਲਓ ਜੀ, ਚਾਹੇ ਇਹਦੇ ਤਰਸ ਦੇ ਆਧਾਰ ਤੇ ਘੱਟੋ ਘੱਟ ਦੀ ਪਰਵਰਿਸ਼ ਹੋ ਜੇ। ਤੇ ਮੈਂ ਕੱਲ ਪੁੱਛਿਆ ਸੀਗਾ SP ਸਾਹਿਬ ਨੂੰ ਵੀ SP ਸਾਹਿਬ ਜੇ ਤੁਹਾਨੂੰ 5 ਲੱਖ ਵੀ ਜ਼ਿਆਦਾ ਲੱਗਦਾ ਤੇ ਫਿਰ ਰਹਿਣ ਦਿੰਦੇ ਆ, 5 ਵੀ ਰਹਿਣ ਦਿਓ, ਅਸੀਂ ਮਾਫੀ ਮੰਗ ਲੈਣਾ, ਲਿਖ ਕੇ ਦੇ ਜਾਣਾ ਵੀ ਸਾਡਾ ਨੁਕਸਾਨ ਹੋ ਗਿਆ, ਅਸੀਂ ਆਪਦੇ ਘਰੇ ਜਾਂਦੇ ਆ। ਜੇ ਤੁਹਾਨੂੰ 5 ਲੱਖ ਜ਼ਿਆਦਾ ਲੱਗਦਾ, ਅਸੀਂ 15 ਲੱਖ ਰੁਪਇਆ ਮੰਗਿਆ ਇਸ ਬੱਚੇ ਵਾਸਤੇ, ਕਿਉਂਕਿ ਇਹਨੂੰ ਅੱਜ ਰੋਟੀ ਕੌਣ ਦੇਊਗਾ? SP ਸਾਹਿਬ ਦੱਸਣ ਜਾਂ ਸਾਡਾ ਡਿਪਟੀ ਜਿਹੜਾ ਇੱਥੇ SD ਡਿਪਟੀ ਸਾਹਿਬ ਉਹ ਦੱਸਣ, ਤਹਿਸੀਲਦਾਰ ਸਾਹਿਬ ਦੱਸਣ, ਜਾਂ ਸਾਨੂੰ CM ਭਗਵੰਤ ਮਾਨ ਦੱਸੇ ਵੀ ਆਹ ਬੱਚੇ ਦੀ ਸ਼ਾਮ ਦੀ ਰੋਟੀ ਕੌਣ ਪਕਾ ਕੇ ਦੂ? ਇਹਦਾ ਉਹ ਪਿਓ ਮਰਿਆ ਜਿਹੜੀ ਇਹਦੀ ਮਾਂ ਵੀ ਉਹ ਸੀ ਤੇ ਇਹਦਾ ਪਿਓ ਵੀ ਉਹ ਸੀ। ਇਸ ਬੱਚੇ ਵਾਸਤੇ ਮੰਗ ਰਿਹਾ, ਇਸ ਤਰ੍ਹਾਂ ਦੇ ਅਨੇਕਾਂ ਬੱਚੇ ਆ ਸਾਡੇ, ਜਾਂ ਸਾਨੂੰ ਪ੍ਰਸ਼ਾਸਨ ਇਹ ਦੱਸ ਦੇਵੇ ਵੀ ਜਿਹੜੀਆਂ ਕਮੇਟੀਆਂ ਕੰਮ ਕਰ ਰਹੀਆਂ ਅੱਜ ਤੋਂ ਬੰਦ ਕਰ ਦੇਣ, ਆਪਦੇ ਆਪਦੇ ਘਰੇ ਜਾਣ, ਤੇ ਪੁਲਿਸ ਕਦੋਂ ਇਹਨਾਂ ਨੂੰ ਫੜ ਕੇ ਅੰਦਰ ਦੇਣਾ ਸ਼ੁਰੂ ਕਰਦੀ ਆ? ਬਸ ਇੱਕੋ ਗੱਲ ਹੈ ਕਿ ਸਾਨੂੰ ਤੁਸੀਂ ਦੱਸੋ, ਸਾਨੂੰ ਦੱਸੋ, ਦੱਸੇ ਹੋਏ ਆ ਇੱਥੇ ਦੱਸੇ ਹੋਏ ਬੰਦੇ। ਮੈਂ 2-3 ਵਾਰੀ ਜ਼ਿਕਰ ਕਰ ਚੁੱਕਿਆ ਮੀਡੀਆ 'ਚ ਕਿ ਸੰਧੂ ਖੁਰਦ ਦਾ ਇੱਕ ਬਲੈਕੀ ਆ, ਹੁਣੇ ਹੁਣੇ ਪਿੱਛੇ 2 ਸਾਲ ਜੇਲ੍ਹ ਵੀ ਕੱਟ ਕੇ ਆਇਆ, ਉਸ ਬੰਦੇ ਦੇ ਕਹਿਣ ਤੇ ਸਾਡੇ ਕਮੇਟੀ ਦੇ ਬੰਦਿਆਂ ਤੇ 25 ਦਾ ਪਰਚਾ ਕੱਟਤਾ ਹੈ ਐਸੇ ਥਾਣੇ ਨੇ ਜੀ, ਜਦੋਂ ਕਿ ਉਸ ਬੰਦੇ ਦੇ ਉੱਤੇ ਸਾਡੀ ਸ਼ਿਕਾਇਤ ਕੀਤੀ ਹੋਈ 3 ਸ਼ਿਕਾਇਤਾਂ ਉਹਦੇ ਤੇ, ਉਹਦੇ ਭਾਈ ਤੇ, ਉਹਦੇ ਭਤੀਜੇ ਤੇ ਉਹਦੇ ਭਾਈ ਤੇ। ਉਹ ਇੱਕ ਵੀ ਇਹਨਾਂ ਨੇ FIR ਨਹੀਂ ਦਰਜ ਕੀਤੀ ਸਾਡੀ ਹਲੇ ਤੱਕ ਜੀ, ਉਹਦੇ ਘਰੇ ਰੇਡ ਵੀ ਨਹੀਂ ਮਾਰੀ ਜੀ, ਨਾਲ ਹੀ ਬਾਲਿਆਂ ਵਾਲੀ ਥਾਣਾ ਇਸ ਪਾਸੇ ਮੋੜ ਹਲਕੇ ਦਾ ਜੀ, ਉੱਥੇ ਵੀ ਇਸੇ ਤਰ੍ਹਾਂ ਕੋਈ ਗੱਲ ਹੋਈ, ਉਹ ਬੰਦੇ ਦੇ ਉੱਤੇ ਔਨ ਰਿਕਾਰਡ 28 ਪਰਚੇ ਆ, ਨਸ਼ੇ ਦੇ ਆ, ਚੋਰੀ ਠੱਗੀ ਦੇ ਆ, ਉਹਦੇ ਕਹਿਣ ਤੇ 28 ਪਰਚਿਆਂ ਵਾਲੇ ਦੇ ਕਹਿਣ ਤੇ ਸਾਡੀ ਕਮੇਟੀ ਦੇ ਉੱਤੇ DDR ਕੱਟੀ ਹੋਈ ਹੈ, ਉਹਦੇ ਉੱਤੇ ਕੋਈ ਪਰਚਾ ਨਹੀਂ ਹੈ ਜੀ। ਇਹ ਪ੍ਰਸ਼ਾਸਨ ਸਾਨੂੰ ਘਰਾਂ 'ਚ ਬਿਠਾਉਣਾ ਚਾਹੁੰਦਾ ਹੈ। ਅਸੀਂ CM ਮਾਨ ਸਾਹਿਬ ਨੂੰ ਪੁੱਛਣਾ ਚਾਹੁੰਦੇ ਹਾਂ ਵੀ ਤੂੰ ਕਹਿੰਦਾ ਸੀ ਲੋਕ ਸਾਥ ਦੇਣ ਤੇ, ਵੀ ਕਿਸ ਤਰ੍ਹਾਂ ਸਾਥ ਦੇਣ ਜੀ? ਦੇਖੋ ਸਾਡੇ ਲੋਕਾਂ ਦੇ ਸਿਰ ਤੋਂ ਪਾਣੀ ਵਗ ਗਿਆ, ਜਦੋਂ ਸਿਰ ਤੋਂ ਪਾਣੀ ਵਗਿਆ ਨਾ ਤੇ ਉਦੋਂ ਲੋਕਾਂ ਨੇ ਅਕਾਲੀ ਸਰਕਾਰ ਪਾਸੇ ਕੀਤੀ ਸੀ, ਉਹ ਇਹ ਚਿੱਟਾ ਨਸ਼ਾ ਲੈ ਕੇ ਆਈ ਸੀ ਜਿਹੜੀ 30 ਸਾਲ ਸਰਕਾਰ ਦਾਅਵੇ ਕਰਦੀ ਸੀ ਰਾਜ ਕਰਨ ਦੇ, ਉਹ ਅੱਕੇ ਲੋਕਾਂ ਨੇ ਇਹੋ ਜਿਹੀ ਪਿੱਛੇ ਸਿੱਟੀ ਆ ਵੀ ਉਹ ਅਕਾਲੀ ਆਏ ਨੀ ਪਤਾ ਵੀ ਅੱਜ ਹੈ ਕਿੱਥੇ। ਫਿਰ ਕਾਂਗਰਸ ਸਰਕਾਰ ਆਈ ਇਸੇ ਮੁੱਦੇ ਤੇ, ਜਿਹੜੀ ਗੱਲ ਤੁਸੀਂ ਮੁੱਦੇ ਦੀ ਕੀਤੀ ਸੀ ਨਾ ਕਿ ਮੁੱਦਾ ਖਤਮ, ਮੁੱਦਾ ਨਹੀਂ ਖਤਮ, ਇਹਨਾਂ ਨੇ ਭਰਾਵੋ ਇੱਕ ਬੰਦ